ਸਵਾਗਤ ਹੈ ਤੁਹਾਡਾ ਕੈਨੇਡੀਅਨ ਮੀਡੀਆ ਦਾ ਟੀਵੀ NRI ਤੇ। ਪੇਸ਼ ਹਨ ਅੱਜ ਦੀਆਂ ਟੌਪ 5 ਖਬਰਾਂ ਜਿਨ੍ਹਾਂ ਤੇ ਰਹੇਗੀ ਤੁਹਾਡੀ ਨਜ਼ਰ। ਕੈਨੇਡਾ ਵਿੱਚ ਡਾਕ ਵਿਭਾਗ ਦੀ ਹੜਤਾਲ ਖਤਮ ਕਰਨ ਵਾਲਾ ਬਿੱਲ ਹੋਇਆ ਪਾਸ, ਅੱਜ ਹੋਵੇਗਾ ਲਾਗੂ। ਕੈਨੇਡਾ ਪੋਸਟ ਵਰਕਰਾਂ ਨੂੰ ਨੌਕਰੀ ਤੇ ਵਾਪਸ ਲਿਆਉਣ ਲਈ ਸੰਘੀ ਸਰਕਾਰ ਨੇ ਅਧਿਕਾਰਕ ਤੌਰ ਤੇ ਕੈਨੇਡਾ ਪੋਸਟ ਬੈਕ ਟੂ ਵਰਕ ਬਿੱਲ ਪਾਸ ਕੀਤਾ ਹੈ। ਇਹ ਕਾਨੂੰਨ ਸੋਮਵਾਰ ਨੂੰ ਪਾਸ ਕੀਤਾ ਗਿਆ ਹੈ ਅਤੇ ਮੰਗਲਵਾਰ ਦੁਪਹਿਰ ਤੋਂ ਕੈਨੇਡਾ ਦੇ ਸਥਾਨਕ ਸਮੇਂ ਅਨੁਸਾਰ ਇਹ ਬਿੱਲ ਪੂਰੇ ਦੇਸ਼ ਵਿੱਚ ਲਾਗੂ ਹੋ ਜਾਵੇਗਾ। ਇੱਕ ਬਿਆਨ ਵਿੱਚ ਰੁਜ਼ਗਾਰ ਕਰਮਚਾਰੀ ਅਤੇ ਲੇਬਰ ਮੰਤਰੀ ਪੈਟੀ ਹੈਜਨ ਨੇ ਕਿਹਾ ਕਿ ਕੈਨੇਡਾ ਪੋਸਟ ਅਤੇ ਕੈਨੇਡੀਅਨ ਯੂਨੀਅਨ ਆਫ ਪੋਸਟ ਵਰਕਰ ਨਾਲ ਗੱਲਬਾਤ ਕਰਨ ਤੋਂ ਬਾਅਦ ਹੀ ਇਹ ਬਿੱਲ ਪਾਸ ਕੀਤਾ ਗਿਆ ਹੈ। ਮੁੰਬਈ ਹਮਲੇ ਦੀ ਬਰਸੀ ਤੇ ਭਾਰਤੀ ਫੌਜ ਮੁਖੀ ਦਾ ਬਿਆਨ, ਭਾਰਤੀ ਸੈਨਾ ਕਿਸੇ ਵੀ ਸਥਿਤੀ ਨਾਲ ਨਿਬੜਨ ਲਈ ਹੈ ਤਿਆਰ। ਮੁੰਬਈ ਹਮਲੇ ਦੀ 10ਵੀਂ ਬਰਸੀ ਤੇ ਭਾਰਤ ਦੇ ਫੌਜ ਮੁਖੀ ਜਨਰਲ ਬਿਪਿਨ ਰਾਵਤ ਨੇ ਇੱਕ ਵੱਡਾ ਬਿਆਨ ਦਿੱਤਾ ਹੈ। ਫੌਜ ਦੇ ਮੁਖੀ ਨੇ ਕਿਹਾ ਕਿ ਫੌਜ ਕੇਵਲ ਇੱਕ ਆਵਾਜ਼ ਤੇ ਕਾਰਵਾਈ ਕਰਨ ਲਈ ਤਿਆਰ ਹੈ ਅਤੇ ਹੁਣ ਕਦੇ ਅਜਿਹੀ ਸਥਿਤੀ ਪੈਦਾ ਨਹੀਂ ਹੋਵੇਗੀ ਜਦੋਂ 26/11 ਵਰਗੇ ਅੱਤਵਾਦੀ ਹਮਲੇ ਦਾ ਫੌਜ ਸਾਹਮਣਾ ਨਾ ਕਰ ਸਕੇ। ਰਾਵਤ ਨੇ ਕਿਹਾ ਕਿ ਫੌਜ ਹੁਣ ਸਰਕਾਰ ਤੋਂ ਮਿਲੀਆਂ ਹਦਾਇਤਾਂ ਦੇ ਆਧਾਰ ਤੇ ਕਾਰਵਾਈ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਕੈਨੇਡਾ ਵਿੱਚ ਪੰਜਾਬੀ ਨੌਜਵਾਨ ਦੀ ਲਾਸ਼ ਰੁੱਖ ਨਾਲ ਲਟਕਦੀ ਮਿਲੀ, ਪਰਿਵਾਰ ਨੇ ਲਾਇਆ ਕਤਲ ਦਾ ਦੋਸ਼। ਟੋਰਾਂਟੋ ਵਿੱਚ ਇੱਕ ਪੰਜਾਬੀ ਨੌਜਵਾਨ ਦੀ ਮੌਤ ਦੀ ਦੁਖਦ ਖਬਰ ਸਾਹਮਣੇ ਆਈ ਹੈ। ਨੌਜਵਾਨ ਦਾ ਨਾਂ ਵਿਸ਼ਾਲ ਸ਼ਰਮਾ ਹੈ, ਜਿਸ ਦੀ ਉਮਰ 21 ਸਾਲ ਹੈ ਅਤੇ ਉਹ ਪੰਜਾਬ ਦੇ ਨਾਭਾ ਤੋਂ ਰਹਿਣ ਵਾਲਾ ਸੀ। ਵਿਸ਼ਾਲ ਦੀ ਲਾਸ਼ ਉਸ ਦੇ ਘਰ ਦੇ ਬਾਹਰ ਇੱਕ ਦਰਖਤ ਨਾਲ ਲਟਕਦੀ ਮਿਲੀ ਹੈ। ਇਸ ਤੋਂ ਬਾਅਦ ਪਰਿਵਾਰ ਨੇ ਨੌਜਵਾਨ ਦੇ ਕਤਲ ਹੋਣ ਦਾ ਸ਼ੱਕ ਪ੍ਰਗਟ ਕੀਤਾ ਹੈ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ 3 ਦਿਨਾਂ ਦੇ ਅੰਦਰ ਮਾਮਲੇ ਦੀ ਰਿਪੋਰਟ ਪੇਸ਼ ਕੀਤੀ ਜਾਵੇਗੀ। ਅੱਜ ਓਪਨਿੰਗ ਸੈਰਾਮਨੀ ਨਾਲ ਹੋਵੇਗੀ ਹਾਕੀ ਵਿਸ਼ਵ ਕੱਪ ਦੀ ਸ਼ੁਰੂਆਤ, 16 ਟੀਮਾਂ ਲੈਣਗੀਆਂ ਹਿੱਸਾ। ਅੱਜ ਹਾਕੀ ਦੀ ਸਭ ਤੋਂ ਵੱਡੀ ਲੜਾਈ ਦੀ ਸ਼ੁਰੂਆਤ ਸ਼ਾਨਦਾਰ ਓਪਨਿੰਗ ਸੈਰਾਮਨੀ ਦੇ ਨਾਲ ਹੋਵੇਗੀ। ਇਹ ਓਪਨਿੰਗ ਸੈਰਾਮਨੀ ਉੜੀਸਾ ਦੇ ਕਲਿੰਗਾ ਸਟੇਡੀਅਮ ਵਿੱਚ ਆਯੋਜਿਤ ਕੀਤੀ ਜਾਵੇਗੀ। 2018 ਪੁਰਸ਼ ਹਾਕੀ ਵਰਲਡ ਕੱਪ 28 ਨਵੰਬਰ 2018 ਤੋਂ ਦਸੰਬਰ 16, 2018 ਤੱਕ ਖੇਡਿਆ ਜਾਵੇਗਾ। ਉੜੀਸਾ ਦੀ ਰਾਜਧਾਨੀ ਭੁਵਨੇਸ਼ਵਰ ਵਿੱਚ ਹੋਣ ਵਾਲੇ ਇਸ ਹਾਕੀ ਵਿਸ਼ਵ ਕੱਪ ਵਿੱਚ 16 ਟੀਮਾਂ ਭਾਗ ਲੈਣਗੀਆਂ। ਓਪਨਿੰਗ ਸੈਰਾਮਨੀ ਵਿੱਚ ਮਾਧੁਰੀ ਦੀਕਸ਼ਿਤ, ਸ਼ਾਹਰੁਖ ਖਾਨ, AR ਰਹਿਮਾਨ ਸਮੇਤ 1000 ਤੋਂ ਵੱਧ ਸਿਤਾਰੇ ਨਜ਼ਰ ਆਉਣਗੇ। ਕੈਪਟਨ ਨੇ ਠੁਕਰਾਇਆ ਪਾਕਿਸਤਾਨ ਦਾ ਸੱਦਾ, ਪੰਜਾਬ ਵਿਧਾਨ ਸਭਾ ਦੇ ਸਪੀਕਰ ਨੇ ਕੀਤੀ ਕੈਪਟਨ ਦੀ ਤਾਰੀਫ। ਕਰਤਾਰਪੁਰ ਸਾਹਿਬ ਕਾਰੀਡੋਰ ਦੇ ਨੀਂਹ ਪੱਥਰ ਸਮਾਗਮ ਵਿੱਚ ਪਾਕਿਸਤਾਨ ਵੱਲੋਂ ਸੱਦਾ ਮਿਲਣ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਹ ਸੱਦਾ ਠੁਕਰਾ ਦਿੱਤਾ ਸੀ, ਜਿਸ ਤੋਂ ਬਾਅਦ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ KP ਸਿੰਘ ਨੇ ਕੈਪਟਨ ਦੀ ਤਾਰੀਫ ਕੀਤੀ ਹੈ। ਰਾਣਾ KP ਸਿੰਘ ਨੇ ਕਿਹਾ ਕਿ ਕੈਪਟਨ ਇੱਕ ਸੱਚੇ ਸਿੱਖ ਅਤੇ ਦੇਸ਼ ਪ੍ਰੇਮੀ ਹਨ, ਜਿਨ੍ਹਾਂ ਲਈ ਦੇਸ਼ ਤੋਂ ਵੱਧ ਕੇ ਕੁਝ ਵੀ ਨਹੀਂ, ਇਸ ਲਈ ਉਹਨਾਂ ਦਾ ਇਹ ਫੈਸਲਾ ਬਿਲਕੁਲ ਸਹੀ ਹੈ। ਇਹ ਸਨ ਅੱਜ ਦੀਆਂ ਟੌਪ 5 ਖਬਰਾਂ। ਹੋਰਨਾਂ ਤੇਜ਼ ਤਰਾਰ ਖਬਰਾਂ ਅਤੇ ਬ੍ਰੇਕਿੰਗ ਨਿਊਜ਼ ਲਈ ਜੁੜੇ ਰਹੋ ਕੈਨੇਡੀਅਨ ਮੀਡੀਆ ਦਾ ਟੀਵੀ NRI ਦੇ ਨਾਲ।